ਪੜਾਈ ਕਿਧਰ ਆ ਗਈ? ਤਰੀਕੇ ਨਾਲ ਬੇਨਤੀ ਆ ਜੀ, ਸਾਡੇ ਪਿੰਡ ਚ ਆਈ ਆ ਗ੍ਰਾਂਟ 8 ਲੱਖ ਰੁਪਏ ਦੀ, ਠੀਕ ਹੈ ਜੀ? 8 ਲੱਖ? ਹਾਂਜੀ, 8 ਲੱਖ ਰੁਪਏ ਦੀ ਗ੍ਰਾਂਟ ਆਈ ਤੇ ਉਹ ਆਪਾਂ ਲਾਉਣੀ ਆ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ। ਲਾਓ ਲਾਓ। ਹਾਂਜੀ, ਤੇ ਆਪਾਂ ਕਹਿ ਰਹੇ ਸਾਂ ਵੀ ਆਪਾਂ ਬਣਾਉਣਾ ਵਾ ਪਿੰਡ ਦਾ ਸ਼ਮਸ਼ਾਨ ਘਾਟ, ਉਹਦੀ ਹਾਲਤ ਬਹੁਤ ਖਸਤਾ ਆ, ਨਾ ਦੇ ਉੱਥੇ ਬਹਿਣ ਖਲੋਣ ਨੂੰ ਜਗ੍ਹਾ ਹੈਗੀ ਕਿਤੇ ਕੋਈ ਜਾਂਦਾ ਜਦੋਂ ਲੈ ਕੇ ਜਾਈਦਾ ਕਿਸੇ ਨੂੰ, ਤੇ ਨਾ ਹੀ ਉੱਥੇ ਪਾਣੀ ਦੀ ਸੁਵਿਧਾ ਹੈਗੀ ਕੋਈ। ਪਾਣੀ ਦੀ? ਹਾਂਜੀ, ਇੱਕ ਮਿੰਟ, ਉਹ ਪਾਣੀ ਤੋਂ ਚੇਤਾ ਆਇਆ ਬਈ, ਉਹ ਆਪਣਾ ਵਾਟਰ ਕੂਲਰ ਪਾਣੀ ਹੈਗਾ ਭਰਿਆ? ਉਹ ਗਿਆ ਜੀ ਮੁੰਡਾ ਭਰਨ। ਓਏ ਆ ਗਿਆ ਨੂੰ ਪਾਣੀ ਪੂਣੀ ਪੁੱਛਿਆ ਕਰੋ, ਮੈਂ ਭਰਨ ਗਿਆ ਪਾਣੀ। ਦੱਸੋ ਅਗਲੇ ਮੂੰਹ ਉਹਨਾਂ ਦੇ ਥੱਕੇ ਪਏ, ਵੇਖੋ ਕਿੱਦਾਂ ਜਾ ਰਹੇ। ਹਾਂ ਦੱਸ ਤੂੰ ਗੱਲ, ਦੱਸ ਸੁਣ ਲਓ ਜਨਾਬ। ਦੱਸੋ ਦੱਸੋ, ਅਸੀਂ ਵੀ ਆਪਣਾ ਵੇਖਣਾ ਪੈਂਦਾ, ਮੁੜ ਕੇ ਕਹਿੰਦਾ ਪੁਲਿਸ ਪਾਣੀ ਨਹੀਂ ਪੋਈਦੀ। ਆਪਾਂ ਲਾਉਣੇ ਆ ਉਸ ਕੰਮ ਨੂੰ ਸ਼ਮਸ਼ਾਨ ਘਾਟ ਦੇ, ਠੀਕ ਹੈ ਜੀ? ਆਪਾਂ ਨੂੰ ਮੁੰਡੇ ਕਹਿ ਰਹੇ ਆ ਵੀ ਆਪਾਂ ਬਣਾਉਣੀ ਇੱਕ ਪਿੰਡ 'ਚ ਲਾਇਬ੍ਰੇਰੀ, ਇੱਕ ਆਪਾਂ ਬਣਾਉਣਾ ਪਿੰਡ ਦੇ ਵਿੱਚ ਜਿਮ। ਆਪਾਂ ਨੂੰ ਦੱਸੋ ਹੁਣ ਕਿਹੜਾ ਕੰਮ ਕਰਨਾ ਚਾਹੀਦਾ ਵਾ? ਦੱਸੋ ਤੁਸੀਂ ਕੀ ਮੁੰਡੇ ਸਲਾਹ ਚਾਹੀਦੀ? ਆਪਾਂ ਤਾਂ ਜੀ ਵੇਖੋ ਲਾਇਬ੍ਰੇਰੀ ਬਣਾਉਣੀ ਆ, ਆਪਾਂ ਪੜ੍ਹਨਾ ਲਿਖਣਾ, ਕਾਂ ਆਪਾਂ ਵਿਕਾਸ ਕਰਨਾ ਵਾ ਆਪਣੇ ਦੇਸ਼ ਦਾ, ਤੇ ਲਾਇਬ੍ਰੇਰੀ ਤੇ ਜ਼ਰੂਰੀ ਆ, ਤੇ ਨਸ਼ਿਆਂ ਤੋਂ ਦੂਰ ਹੋਣ ਵਾਸਤੇ ਤੇ ਜਿਮ ਵੀ ਜ਼ਰੂਰੀ ਆ। ਇੱਕ ਜਣਾ ਬੋਲੋ ਕਿ ਫੁਰਫੁਰ ਕਰੀ ਜਾਂਦੇ ਥਾਣੇ ਜਾ ਕੇ ਤੁਸੀਂ ਓਏ ਹੈ। ਹਾਂ ਬਈ ਜਸ ਕੀ ਕਹਿੰਦੇ? ਦੇਖੋ ਜੀ ਲਾਇਬ੍ਰੇਰੀ ਜ਼ਰੂਰੀ ਆ। ਕੀ ਕਰਨੀ ਕੀ ਕਰਨੀ ਲਾਇਬ੍ਰੇਰੀ? ਪੜਾ ਲਿਖਾ ਓਏ, ਇੱਕ ਮਿੰਟ ਚੁੱਪ ਕਰ। ਕੀ ਕਰਨੀ ਲਾਇਬ੍ਰੇਰੀ ਬਣਾ ਕੇ? ਸ਼ਮਸ਼ਾਨ ਘਾਟ ਬੰਦ ਹੈ ਹੈ, ਉਹ ਅਗਲੇ ਦੀ ਉਮਰ ਹੋਈ, ਹੁਣ ਅਗਲੇ ਪਾਸੇ ਜਾਣ ਦੀ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ ਤੇ ਫੇਰ। ਜਨਾਬ ਇਹ ਤੇ ਹੋ ਗਏ ਬਜ਼ੁਰਗ, ਪਤਾ ਨਹੀਂ ਕਦੋਂ ਮਰ ਜਾਣਾ ਇਹਨਾਂ ਦਾ। ਅਸੀਂ ਤੇ ਪੜ੍ਹਨਾ ਲਿਖਣਾ ਹੈ, ਸਾਨੂੰ ਲਾਇਬ੍ਰੇਰੀ ਦੀ ਜ਼ਰੂਰਤ ਹੈ। ਸ਼ਾਬਾਸ਼, ਇਹ ਤੇਰੇ ਇਕੱਲੇ ਬਜ਼ੁਰਗ ਨਹੀਂ ਫੁੜਕ ਜੇ, ਮੁੰਡੇ ਵੀ ਫੁੜਕ ਜਾਂਦੇ ਆ। ਪਤਾ ਕੋਈ ਨਹੀਂ ਕਿਹੜੇ ਵੇਲੇ ਕਿਸੇ ਕਿਨੇ ਕੀ ਹੋ ਜਾਣਾ। ਹਾਂ, ਮੇਰੇ ਕਹਿਣ ਦਾ ਭਾਵ ਕੋਈ ਪੜ੍ਹੂ ਲਿਖੂਗਾ, ਕੋਈ ਡਾਕਟਰ ਬਣ ਜੂ, ਕੋਈ ਵਕੀਲ ਬਣ ਜੂਗਾ। ਨਹੀਂ, ਪੜ੍ਹ ਲਿਖ ਕੇ ਪੜ੍ਹ ਲਿਖ ਕੇ ਤੁਹਾਡਾ ਕੀ ਮਤਲਬ ਵੀ ਤੁਹਾਨੂੰ ਇਹੋ ਜਿਹੀ ਕੁਰਸੀ ਮਿਲ ਜੂਗੀ? ਮੇਰੀ ਬਿਲਕੁਲ ਮੇਰੀ ਨੌਕਰੀ ਦਾ ਖਤਰਾ ਹੈ, ਮਤਲਬ ਕਹਿੰਦੇ ਭਾਵ ਬਿਲਕੁਲ। ਜਨਾਬ ਇਹਦੇ ਕਹਿਣ ਦਾ ਮਤਲਬ ਆ ਵੀ ਕੋਈ ਵਕੀਲ ਲੱਗ ਜੂ, ਕੋਈ ਡਾਕਟਰ ਲੱਗ ਜੂ, ਤੁਹਾਡੇ ਵਰਗੇ ਥਾਣੇਦਾਰ ਕਿੰਨੇ ਬਣਨ? ਲਾਇਬ੍ਰੇਰੀ ਖੋਲਣ ਦਿਓ ਮਹਾਰਾਜ। ਬੇਨਤੀ ਹੈ ਤੁਹਾਡੇ ਅੱਗੇ, ਪਿੰਡ ਦੇ ਮੈਂ ਪੰਚਾਇਤ ਮੈਂਬਰ ਹੋਰ ਵੀ ਲੈ ਕੇ ਆਇਆ, ਮੈਂ ਸਾਰੇ ਅੰਦਰ ਲੈ ਕੇ ਨਹੀਂ ਆਇਆ ਨਾਲ। ਮੇਰੇ ਗਾੜੀ ਬੇਨਤੀ ਨਹੀਂ, ਮੈਂ ਤੇ ਤਰਲਿਆਂ ਦੇ ਕਢਾਉਣਾ, ਤਰਲੇ ਕੱਢੋ। ਕਰਨਾ ਹੀ ਆ ਤੁਹਾਡੇ ਗਾੜੀ ਨੂੰ। ਹਾਂ ਬਸ, ਬੇਨਤੀਆਂ ਨਹੀਂ ਮੈਂ ਸੁਣ ਜਾਂਦਾ। ਸਾਨੂੰ ਸਾਡੇ ਸ਼ਮਸ਼ਾਨ ਘਾਟ ਦਾ ਵਿਕਾਸ ਕਰਾ ਦਿਓ। ਫੈਸਲਾ ਹੋ ਗਿਆ ਜਦੋਂ ਸਾਡਾ ਫੈਸਲਾ ਹੋ ਗਿਆ ਅਸੀਂ ਤੁਹਾਨੂੰ ਆਣ ਕੇ ਦੱਸ ਦਾਂਗੇ ਫਿਰ ਸਾਰਾ। ਪੁੱਛ ਲਓ ਜੀ, ਇੱਕ ਵਾਰੀ ਮਨਜ਼ੂਰ ਸਾਰੇ, ਇੱਕ ਵਾਰੀ ਪੂਰਾ ਪਿੰਡ ਮੰਨ ਜੇ। ਇੱਕ ਗੱਲ ਦੱਸੋ ਵੀ ਅਸੀਂ ਤੁਹਾਡੇ ਨੌਕਰ ਹਾਂ? ਨਾ ਨਾ ਜੀ ਜਨਾਬ, ਨਹੀਂ ਆ ਪੈਸੇ ਮੈਂ ਇੱਥੇ ਰੱਖ ਕੇ ਜਮ੍ਹਾਂ ਕਰਾਂ ਜਾਂ ਚੰਗੀ ਬਿਪਤਾ ਪਾਈ ਜਾਂਦੇ ਤੁਸੀਂ ਸਾਡੇ ਤੇ? ਜਮ੍ਹਾਂ ਕਿਸ ਤਰ੍ਹਾਂ ਹੀ ਹੈ ਕਿਹਦੇ ਕੋਲ ਜਨਾਬ? ਤੁਹਾਡੇ ਕੋਲ ਜਮ੍ਹਾਂ ਕਰਾ ਸਕਦੇ, ਤੁਹਾਡੇ ਤੇ ਵਿਸ਼ਵਾਸ ਹੈ ਸਾਨੂੰ, ਠੀਕ ਹੈ? ਤੂੰ ਦੱਸ ਕੀ ਗੱਲ ਲੱਗਾ ਨਾ ਸਾਡਾ ਇਹ ਮਤਲਬ ਸੀ ਕਿ ਇਹ ਜਿਹੜੀ ਮਨੀ ਆ ਤੁਹਾਡੇ ਕੋਲ ਸੇਫ ਰਹੂਗੀ। ਉਹ ਸਾਨੂੰ ਵੇਖ ਵੀ ਲੈਂਦੇ ਵੀ ਹੈਗੇ ਵੀ ਕਿ ਨਹੀਂ। ਜਨਾਬ ਇਹ ਤੁਹਾਡੇ ਤੇ ਲੱਗਦਾ ਜ਼ਿਆਦਾ ਇਕਬਾਲ ਕਰਦੇ ਆ ਜਨਾਬ। ਨਾ ਬੜਾ ਮੇਰਾ ਜਨਾਬ, ਆਪੇ ਵੇਖ ਲਓ ਜੀ ਸਾਰੀਆਂ ਦੱਸੀਆਂ ਹੀ ਆ। ਠੀਕ ਆ ਜੀ, ਜਨਾਬ ਇਹ 8 ਲੱਖ ਪੂਰਾ ਜੇ? ਬਸ ਪੂਰਾ ਹੀ ਹੈ, ਗਿਣ ਲੈਣਾ ਇੱਕ ਲੋ ਜੋ ਇੱਕ ਮਿੰਟ। ਜਨਾਬ ਹੋਰ ਕਿਹੜੇ ਪੈਸੇ ਜਮ੍ਹਾਂ ਕਰਦੇ ਨੇ ਤੁਹਾਡੇ ਹੀ ਕਰਨਗੇ ਅੱਜ? ਹਾਂ, 8 ਪੂਰੀਆਂ।
ਆਪਾਂ ਲਿਆ ਵਾ ਪਿੰਡ ਕੋਲ ਇੱਕ ਮਹੀਨੇ ਦਾ ਟਾਈਮ ਤੇ ਜਦੋਂ ਆਪਣੀ ਸਲਾਹ ਹੋ ਗਈ ਸਾਰੀ ਪੱਕੀ ਆਪਾਂ ਤੁਹਾਨੂੰ ਦੱਸ ਦਾਂਗੇ ਆਪਾਂ ਜਿਹੜੀ ਗਰਾਂਡ ਜਿੱਥੇ ਵਰਤਣੀ ਉੱਥੇ ਵਰਤ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਜੇ ਬਚੂਗੇ ਥੋੜੇ ਜਿਹੇ ਥਾਣੇ 'ਚ ਵੀ ਦੇ ਦੂਜੇ ਉਹਦੇ ਵੀ ਥੋੜੇ ਜਿਹਾ ਬਚੂਗੇ ਬਚਣਗੇ ਆਪਾਂ ਜਰੂਰ ਸਾਰੇ ਪਿੰਡ ਵਾਸਤੇ ਆਏ ਚਲੋ ਉੜ ਜਾਓ ਜਾ ਕੇ ਸ਼ਮਸ਼ਾਨ ਘਰ ਬਣਾਇਓ ਜੋ ਮਰਜ਼ੀ ਬਣਾਇਓ ਲਾਇਬ੍ਰੇਰੀਆਂ ਬਣਾਇਓ ਆਪਣੀਆਂ ਤਿਆਰੀਆਂ ਗਾਛਣ ਮਾਰੇ ਗਾਛਣ ਨਾਲੇ ਤੂੰ ਸੁਣ ਕੇ ਜਾ ਕੋਈ ਤੂੰ ਜਾਓ ਵੀ ਜਾਓ ਹਾਂਜੀ ਜਨਾਬ ਹਾਂਜੀ ਹਾਂਜੀ ਸ਼ਮਸ਼ਾਨ ਘਰ ਬਣਾਉਣ ਹਾਂਜੀ 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 ਤੇ ਫੱਟੇ ਉੱਥੇ ਮਜ਼ਬੂਤ ਰੱਖੋ ਲੋਥਾਂ ਲਈ ਫਿਰਦਾ ਤੂੰ ਕਿਹੜੀਆਂ ਕਿਹੜੀਆਂ ਗ੍ਰਾਂਡ ਆ ਗਈ ਆ ਆਪਾਂ ਫੱਟੇ ਮਜ਼ਬੂਤ ਬਣਾ ਫੱਟੇ ਮਜ਼ਬੂਤ ਬਣਾ ਹੋ ਸਕੇ ਤੇ ਲੋਹੇ ਦੇ ਬਣਾ ਲਓ